मानजोग डीजीपी पंजाब ते मानजोग आईजी पटियाला रेंज दे दिशा हेठ जिहड़ी आ पटियाला पुलिस लगातार समाज विरोधी ते शरारती अंसरां खिलाफ असीं जिहड़ी आ मुहिम छेड़ी होई है। उहदे मुतलक सानूं बहुत वड्डी कामयाबी उदों मिली जदों एस पी सिटी सरफराज आलम, डी एस पी सिटी वन संजीव सिंगला जी, एस एच ओ कोतवाली पटियाला सुखविंदर, एस एच ओ त्रिपड़ी प्रदीप बाजवा, इन्हां दी टीम ने एक जिहड़ी आ जाली करंसी बनाउण वाले गिरोह का पर्दाफाश किया। वेखण वाली गल ये आ कि ये पहला भी अंबाले इन्हां बंदियां ते एक मुकदमा दर्ज आ। असीं जिहड़ा मुकदमा दर्ज किया 23 नंबर मुकदमा कोतवाली पटियाला दा, एंड सानूं 8,40,000 रुपया जिहड़ी जाली इंडियन करंसी आ उह बरामद होई है। वेखण वाली गल ये भी आ कि तरीका वारदात इन्हां दा ये सीगा कि बड़े वधिया क्वालिटी दे प्रिंटर सॉफ्टवेयर, बड़े वधिया क्वालिटी दे ईवन पेपर जिहड़े आ जिन्हां ते जाली नोट इन्हां ने प्रिंट कीते आ, उह पेपर भी बाहर दे मुल्क तों इन्हां ने ऑनलाइन इंपोर्ट कराए सी। उस तों बाद जदों आपां इह नोट वेखीए बिल्कुल ही असली ये नोट लगदे आ, ते ये कभी उन्होंने पेट्रोल पंप से वरत लेंगे, कभी किसी ढाबे से वरत लेंगे, कुछ जाणियां इन्होंने वो नोट अगे वेचे भी है। ये असी तीन दोषी जिहड़े आ राउंडअप किए आ, उन्हां चों हरप्रीत सिंह जिहड़ा मेन अक्यूज्ड हैगा, एक गौतम कुमार हैगा, एक कृष्णा हैगा, ये जट्टांवाला चौंतरा डोगरा मोहल्ला अते मालवा कलोनी पटियाला दे रहण वाले ने। एक ये मेन जिहड़ा होर बंदा नॉमीनेटेड आ मोहित नाम का, उहदी अरैसट अजे पेंडिंग आ। तो ये बड़ी वड्डी समाजिक कुरीति ते इस गिरोह का पटियाला पुलिस ने अज पर्दाफाश किया है, क्योंकि ये नकली नोटां दे राही ये अपने समाज नूं ते पंजाब सरकार नूं नकली नोटां की वरतों करके ये काफ़ी जिहड़ा आ वित्तीय नुकसान ये गिरोह कर रहा सी। ਇਹਦੇ 'ਚ ਮੈਂ ਸਿਟੀ ਪੁਲਿਸ ਦੀ, ਐਸ ਪੀ ਸਿਟੀ ਦੀ, ਡੀ ਐਸ ਪੀ ਸਿਟੀ ਵਨ ਦੀ ਅਤੇ ਦੋਨੇ ਐਸ ਐਚ ਓ ਦੀ ਬੜੀ ਸ਼ਲਾਘਾਯੋਗ ਕਾਰਗੁਜ਼ਾਰੀ ਹੈਗੀ ਹੈ। ਅਸੀਂ ਇਹਨੂੰ ਅੱਗੇ ਟੈਕਨੀਕਲੀ ਐਂਡ ਸਾਇੰਟੀਫਿਕਲੀ ਇਨਵੈਸਟੀਗੇਟ ਕਰਕੇ ਇਸ ਪੂਰੇ ਮੁਕੱਦਮੇ ਨੂੰ ਲੋਜੀਕਲ ਕੰਕਲੂਜਨ ਤੱਕ ਲੈ ਕੇ ਜਾਵਾਂਗੇ, ਅਤੇ ਇਹਦੇ 'ਚ ਸਾਨੂੰ ਹੋਰ ਵੀ ਅਰੈਸਟਾਂ ਹੋਣ ਦੀ ਜਿਹੜੀ ਆ ਉਮੀਦ ਹੈਗੀ ਆ। ਆਪਾਂ ਵੇਖ ਸਕਦੇ ਹਾਂ ਜਿਹੜੇ ਪਲੰਦੇ ਤੁਹਾਡੇ ਸਾਹਮਣੇ ਨੇ ਕਿ ਨੋਟ ਇਹ ਤਕਰੀਬਨ ਸਾਰੇ ਫੀਚਰ ਇਹਨਾਂ ਨੇ ਉਹਦੇ 'ਚ ਪੂਰੇ ਕੀਤੇ ਹੋਏ ਆ। ਜੇ ਲਾਈਟ ਦੇ ਸਾਹਮਣੇ ਵੇਖੀਏ ਤਾਂ ਸ਼੍ਰੀ ਮਹਾਤਮਾ ਗਾਂਧੀ ਜਿਹੜੇ ਆ ਉਹਨਾਂ ਦੀ ਵੀ ਹੋਲੋਗ੍ਰਾਮ ਵਾਲੀ ਫੋਟੋ ਵੀ ਦਿਸਦੀ ਹੈ, ਅਤੇ ਜਿਹੜੀ ਹਰੇ ਰੰਗ ਦੀ ਅੱਗੇ ਧਾਰੀ ਹੁੰਦੀ ਆ ਆਰ ਬੀ ਆਈ ਦੇ ਨੋਰਮਾਂ ਮੁਤਾਬਿਕ, ਉਹ ਵੀ ਇਹਨਾਂ ਨੇ ਬੜੇ ਕੰਪਲੀਕੇਟਡ ਸੋਫਟਵੇਅਰ ਅਤੇ ਪ੍ਰਿੰਟਰ ਯੂਜ ਕਰਕੇ ਬਿਲਕੁਲ ਹੀ ਅਸਲੀ ਦੀ ਤਰ੍ਹਾਂ ਦਿਸਣ ਵਾਲੀ ਜਾਲੀ ਕਰੰਸੀ 8,40,000 ਦੀ ਅਸੀਂ ਰਿਕਵਰ ਕੀਤੀ। ਸਰ ਮੋਹਿਤ ਤੋਂ ਇਲਾਵਾ ਵੀ ਕੋਈ ਵਿਅਕਤੀ ਹੈਗੇ ਇਹਦੇ ਨਾਲ ਜਿਹੜੇ? ਦੇਖੋ ਅਸੀਂ ਇਹਨਾਂ ਦਾ ਜੀ ਕੋਰਟ 'ਚ ਇਹਨਾਂ ਨੂੰ ਪੇਸ਼ ਕਰਾ ਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ। ਅਸੀਂ ਬੜੀ ਡੂੰਘਾਈ ਨਾਲ ਅਤੇ ਸਖਤੀ ਨਾਲ ਪੁੱਛਗਿੱਛ ਕਰਾਂਗੇ, ਅਤੇ ਜਿਹੜਾ ਵੀ ਹੋਰ ਬੰਦਾ ਇਹਦੇ 'ਚ ਫੀਚਰ ਕਰੂਗਾ ਉਹਨੂੰ ਅਸੀਂ ਇਹਦੇ 'ਚ ਅਰੈਸਟ ਕਰਾਂਗੇ। ਕਦੋਂ ਤੋਂ ਕੰਮ ਕਰਦੇ ਆ ਰਹੇ ਸੀਗੇ ਇਹ? ਹੋਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਸਪਲਾਈ ਕੀਤੀ ਹੈ? ਦੇਖੋ ਹੁਣ ਤੱਕ ਇਹ ਜਿਹੜੀ ਤਫਤੀਸ਼ 'ਚ ਸਾਹਮਣੇ ਆਈ ਆ ਗੱਲ ਕਿ ਪਟਿਆਲੇ ਦੇ ਆਲੇ ਦੁਆਲੇ ਦੇ ਜ਼ਿਲ੍ਹਿਆਂ 'ਚ ਇਹਨਾਂ ਨੇ ਕੁਛ ਨੋਟ ਅੱਗੇ ਦਿੱਤੇ, ਕਿੰਨੀ ਕੁਆਂਟਿਟੀ ਦੇ ਨੋਟ, ਕਿੰਨੇ ਅਮਾਊਂਟ ਦੇ ਨੋਟ ਇਹ ਹੁਣ ਤੱਕ ਛਾਪ ਚੁੱਕੇ ਸੀ ਅਤੇ ਉਹ ਕਿੱਥੇ ਕਿੱਥੇ ਇਹਨਾਂ ਨੇ ਵਰਤੇ ਸੀ, ਉਹ ਸਾਰੇ ਤਫਤੀਸ਼ ਦਾ ਹਿੱਸਾ ਹੈ। ਅਤੇ ਅਸੀਂ ਬਹੁਤ ਛੇਤੀ, ਸਾਨੂੰ ਉਮੀਦ ਹੈ ਕਿ ਅਸੀਂ ਇਹਦੇ 'ਚ ਹੋਰ ਬੰਦੇ ਵੀ ਰਾਊਂਡ ਅਪ ਕਰਾਂਗੇ। ਪਰ ਬੜਾ ਇਹ ਮਤਲਬ ਵੱਡੀ ਰਿਕਵਰੀ ਆ, ਕਿਉਂਕਿ ਜੇ ਆਪਾਂ ਨੋਟ ਵੇਖੀਏ ਨੋਟ ਬਿਲਕੁਲ ਅਸਲੀ ਵਾਂਗ ਲੱਗਦੇ ਆ, ਅਤੇ ਕਿਸੇ ਨੂੰ ਵੀ ਇਹਨਾਂ ਨੋਟਾਂ ਰਾਹੀਂ ਠੱਗਿਆ ਜਾ ਸਕਦਾ। ਕਦੋਂ ਤੋਂ ਕੰਮ ਚੱਲ ਰਿਹਾ ਸੀ ਜੀ ਇਹਨਾਂ ਦਾ? ਕਦੋਂ ਤੋਂ ਕੰਮ ਚੱਲ ਰਿਹਾ? ਟੈਕਨੀਕਲ ਵਿਭਾਗ 'ਚ ਨੇ ਜਾਂ ਕੋਈ ਟੈਕਨੀਕਲ ਐਜੂਕੇਸ਼ਨ ਲਿੱਤੀ ਹੋਈ ਹੈ ਜਾਂ ਫਿਰ ਇਹ ਇਸੇ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਛਾਪੇ ਕਰਦੇ? ਦੇਖੋ ਇਹ ਕੋਈ ਬਹੁਤ ਜ਼ਿਆਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਐਜੂਕੇਟਡ ਲੋਕ ਨੇ ਜੀ, ਪਰ ਅੱਜ ਕੱਲ੍ਹ ਜਿਵੇਂ ਇਹ ਟੈਕਨੀਕਲ ਏਜ ਆ ਜਿਹਦੇ 'ਚ ਆਪਾਂ ਜਿਉ ਰਹੇ ਹਾਂ ਸਾਰੇ, ਅਤੇ ਇਹਨਾਂ ਨੇ ਕੰਪਿਊਟਰ 'ਤੇ, ਸੋਫਟਵੇਅਰ 'ਤੇ ਅਤੇ ਹਾਰਡਵੇਅਰ 'ਤੇ ਇਹਨਾਂ ਦੀ ਮਾਸਟਰੀ ਸੀਗੀ, ਉਹਦੇ ਕਰਕੇ ਸੋਫਿਸਟੀਕੇਟਡ ਪ੍ਰਿੰਟਰ ਯੂਜ ਕਰਕੇ, ਇੰਕ ਯੂਜ ਕਰਕੇ, ਪੇਪਰ ਯੂਜ ਕਰਕੇ ਇਹਨਾਂ ਨੇ ਨੋਟ ਪਬਲਿਸ਼ ਕੀਤੇ ਆ। ਅਤੇ ਸਾਨੂੰ ਉਮੀਦ ਆ ਕਿ ਅਸੀਂ ਹੋਰ ਵੀ ਡੂੰਘਾਈ ਨਾਲ ਜਦੋਂ ਕਿ ਤਫਤੀਸ਼ ਕਰਾਂਗੇ ਅਤੇ ਹੋਰ ਵੀ ਕਈ ਬੰਦੇ ਦੇ ਚਰਚਾ। ਸਰ ਅੰਬਾਲੇ ਦੀ ਅੰਬਾਲੇ ਦੀ ਗੱਲ ਕੀਤੀ ਹੈ, ਅੰਬਾਲੇ ਕਿਸ ਤਰ੍ਹਾਂ ਦਾ ਮਾਮਲਾ ਦਰਜ ਸੀ? ਅੰਬਾਲੇ ਵੀ ਇਹਨਾਂ 'ਤੇ ਜਾਲੀ ਕਰੰਸੀ
ਬਣਾਉਣ ਦਾ ਤੇ ਉਹਨੂੰ ਵਰਤਣ ਦਾ ਮੁਕਰਮਾ ਕੀ ਉਹ ਤਾਰ ਇੱਥੇ ਜੁੜਦੇ ਸੀ ਇਹਨਾਂ ਦੇ ਅਸੀਂ ਵੈਰੀਫਾਈ ਕਰਾਂਗੇ ਜੀ ਇਨਵੈਸਟੀਗੇਸ਼ਨ ਸਰ ਗਾਂਧੀ ਕਰੰਸੀ ਦੀ ਸਪਲਾਈ ਨੂੰ ਲੈ ਕੇ ਜੇ ਗੱਲ ਕਰ ਲਈ ਜਾਵੇ ਤਾਂ ਇਹਨਾਂ ਲੋਕਾਂ ਨੇ ਅੱਗੇ ਕਿੰਨੀ ਕੁ ਸਪਲਾਈ ਜਿਹੜੀ ਆ ਕੀਤੀ ਉਸ ਉਹ ਦੇਖੋ ਇਸੇ ਕਰਕੇ ਇੰਟਰੋਗੇਸ਼ਨ ਜਦੋਂ ਹੋਊਗੀ ਇਹਨਾਂ ਦੀ ਸਸਪੈਂਡ ਇਸੇ ਕਰਕੇ ਸ਼੍ਰੀ ਪੁਲਿਸ ਉਹ ਮੁਲਜ਼ਮਾਂ ਦਾ ਰਿਮਾਂਡ ਹਾਸਿਲ ਕਰਦੀ ਹੈ ਅਸੀਂ ਇਹਨਾਂ ਨੂੰ ਇੰਟਰੋਗੇਟ ਕਰਕੇ ਇਹਦੀ ਤਹਿ ਤੱਕ ਜਾਵਾਂਗੇ ਥੈਂਕ ਯੂ ਸੋ ਮਚ